ਆਈ ਮੈਡੀਕਲ ਕਾਲਜ ਹੈ ਉਹਦੇ ਵਿੱਚ ਕੈਟ ਲੈਬ ਦਾ ਉਦਘਾਟਨ ਕੀਤਾ ਗਿਆ ਹੈ ਔਰ ਉਸੀ ਸਿਲਸਿਲੇ ਵਿੱਚ ਅੱਜ ਮੈਂ ਵਾਈਟ ਮੈਡੀਕਲ ਕਾਲਜ ਦੇ ਜਿਹੜੇ ਚੇਅਰਮੈਨ ਸਾਹਿਬ ਹੈਗੇ ਸਲਾਰੀਆ ਸਾਹਿਬ ਉਹਨਾਂ ਦੇ ਕਹਿਣ 'ਤੇ ਮਿਨਿਸਟਰ ਦਿਸ ਕਾਲਜ ਅੱਜ ਮੇਰਾ ਪਹਿਲਾ ਵਿਜ਼ਿਟ ਹੈ ਇਸ ਕਾਲਜ ਦਾ ਆਮ ਵੈਰੀ ਪ੍ਰੈਜੈਂਟਲੀ ਸਰਪ੍ਰਾਈਜ਼ ਟੂ ਸੀ ਇਨਫਰਾਸਟਰਕਚਰ ਬਹੁਤ ਅੱਛੀਆਂ ਔਰ ਬਹੁਤ ਵਧੀਆ ਬਿਲਡਿੰਗਸ ਬਣੀਆਂ ਹੋਈਆਂ ਔਰ ਈਵਨ ਜਿਹੜੀ ਕੈਥ ਲੈਬ ਹੈਗੀ ਆ ਲੇਟੈਸਟ ਇਨ ਦਾ ਵਰਲਡ ਹੈਗੀ ਆ ਪ੍ਰੋਬਲੀ ਬਾਹਰੋਂ ਇਹਨਾਂ ਨੇ ਇੰਪੋਰਟ ਕੀਤੀ ਹੈ ਔਰ ਕਾਫੀ ਮੈਂ ਕਿਹਾ 2-3 ਕਰੋੜ ਰੁਪਏ ਲਗਾ ਕੇ ਬਣਾਈ ਹੈ ਜਿਸ ਨਾਲ ਸਾਰੇ ਮਰੀਜ਼ਾਂ ਨੂੰ ਔਰ ਜਿਹੜੇ ਬੱਚੇ ਇੱਥੇ ਸਿੱਖ ਰਹੇ ਹਨ ਉਹਨਾਂ ਨੂੰ ਬਹੁਤ ਫਾਇਦਾ ਹੋਏਗਾ ਮੈਨੂੰ ਦੱਸਿਆ ਗਿਆ ਹੈ ਕਰੋਨਾ ਕਾਲ 'ਚ ਮੈਂ ਤਾਂ ਇੱਥੇ ਨਹੀਂ ਸੀਗਾ ਬਟ ਆਈ ਵਾਜ਼ ਟੋਲਡ ਕਿ ਉਸ ਵੇਲੇ ਜਿਹੜੇ ਹੈਗੇ ਕਾਫੀ ਸਾਰੇ ਪੇਸ਼ੈਂਟਸ ਲਈ ਇਹ ਸੈਂਟਰ ਬਣਾਇਆ ਗਿਆ ਸੀ ਉਸ ਵੇਲੇ ਵੀ ਸਲਾਰੀਆ ਸਾਹਿਬ ਨੇ ਵੱਧ ਚੜ੍ਹ ਕੇ ਲੋਕਾਂ ਦਾ ਸਹਿਯੋਗ ਦਿੱਤਾ ਔਰ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਇਸ ਗੱਲ ਦਾ ਔਰ ਹੁਣ ਜਿਹੜਾ ਕਾਲਜ ਚੱਲ ਰਿਹਾ ਜਿਹੜੇ ਦੋ ਜਾਂ ਤਿੰਨ ਥਰਡ ਈਅਰ ਦੇ ਬੱਚੇ ਆ ਗਏ ਹੈਗੇ ਆ ਨੈਕਸਟ ਬੈਚ ਵੀ ਆ ਜਾਏਗਾ ਔਰ ਜਿਸ ਤਰ੍ਹਾਂ ਦੇ ਅੰਦਰ ਇਨਫਰਾਸਟਰਕਚਰ ਹੈ ਮੇਰੇ ਖਿਆਲ ਇੱਦਾਂ ਦਾ ਖੂਬਸੂਰਤ ਕਿਤੇ ਵੀ ਪੰਜਾਬ ਵਿੱਚ ਨਹੀਂ ਹੋਣਾ ਔਰ ਇਹ ਬਿਲਡਿੰਗ ਬਹੁਤ ਕਾਫੀ ਅੱਛੀ ਹੈ ਸਟਾਫ ਬਹੁਤ ਅੱਛਾ ਹੈ ਇਹਨਾਂ ਦਾ ਵਿਸ਼ ਦ ਚਿਲਡਰਨ ਆਲ ਦਾ ਬੈਸਟ ਐਂਡ ਅ ਵੈਰੀ ਬ੍ਰਾਈਟ ਫਿਊਚਰ